ਸਾਰਾ ਪਿਆਰ ਤੇ ਇੱਕ ਵਾਰੀ ਫਿਰ ਤੋਂ ਰੋਕੀ ਮਿੰਟ ਲਈ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਤੇ ਵਧਾਈਆਂ। ਫਿਲਮ ਆਪਣੀ ਬਹੁਤ ਵਧੀਆ ਜਾ ਰਹੀ ਹੈ ਤੇ ਪਰ ਅੱਜ ਸਾਡੇ ਕੋਲ ਆਇਆ ਹੋਇਆ ਸਾਡਾ ਯਾਰ ਬੇਲੀ, ਸਾਡਾ ਛੋਟਾ ਭਰਾ ਗੁਰੀ। ਤੇ ਗੁਰੀ ਦੇ ਟੀਜ਼ਰ ਨੂੰ ਤੁਸੀਂ ਸਾਰਿਆਂ ਨੇ, ਗੁਰੀ ਦਾ ਪੇਜ ਚੱਲ ਰਿਹਾ ਇੱਥੇ, ਇੱਧਰ ਵੀ ਯੂਟਿਊਬ ਤੇ, ਯੂਟਿਊਬ ਲਾਈਵ ਸਬਸਕ੍ਰਾਈਬ ਕਰ ਲਓ ਚੈਨਲ ਗੀਤ MP3 ਤੇ ਆਪਣਾ ਗੋਲਡ ਮੀਡੀਆ। ਤੇ ਗੁਰੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਅੱਡ ਡਿਫਰੈਂਟ ਸੋਸ਼ਲ ਮੀਡੀਆ ਚੈਨਲਸ ਤੇ 3-4 ਫੋਨਾਂ ਤੋਂ ਨਾਲ ਦੀ ਨਾਲ ਪਰਮੀਸ਼ ਵਰਮਾ ਫਿਲਮਸ ਵੀ ਸਾਰੇ ਜਣੇ ਸਬਸਕ੍ਰਾਈਬ ਕਰੋ ਯੂਟਿਊਬ ਤੇ। ਜਿੰਮੀ ਚੂ ਚੂ ਯਾਰ ਮੈਂ ਤੁਹਾਡੇ ਲਈ ਚੀਜ਼ ਖੜ ਜੋ, ਮੈਂ ਬਚਾ ਕੇ ਰੱਖੀ ਸੀਗੀ, ਇਹਨੇ ਆਉਣਾ ਸੀਗਾ ਮੇਰੇ ਕੋਲੇ। ਤੁਸੀਂ ਟੀਜ਼ਰ ਨੂੰ ਬਹੁਤ ਪਿਆਰ ਦਿੱਤਾ, ਟੀਜ਼ਰ ਵਿੱਚ ਫੋਨ ਤੇ ਕਹਿੰਦਾ ਯਾਰ ਜਿੰਮੀ ਚੂ ਲੈਣੇ ਨੇ ਹੁਣ ਤਾਂ ਪਵੇ ਜੋ ਮਰ 40 ਲੱਖ ਦੇ ਹੋਰ ਕੱਟਿਆ ਗਿਆ ਸਾਲਾ ਫੋਨ ਆ ਗਿਆ ਇਹਦੇ, ਫੋਨ ਆ ਗਿਆ ਸੀ ਵਿੱਚ ਖੜ ਜੋ ਉਧਰ ਰਿਜ਼ਿਊਮ ਹੋਣ ਦੋ, ਐਦਾਂ ਹੀ ਕਰਦੇ ਬਾਜੀ ਟੀ ਕਰਦੇ ਨਹੀਂ ਦੇ ਕਰ। ਉਹ ਜਿਹੜਾ ਫੋਨ ਕੀਤਾ ਸੀ ਨਾ ਜਿੰਮੀ ਚੂ ਵਾਸਤੇ, ਹਾਂ ਕਿਹਨੂੰ ਕੀਤਾ ਸੀ ਉਹ? ਉਹ ਕਿਸੇ ਨੂੰ ਕੀਤਾ ਸੀ ਸਿਲਿਓ ਨਾ ਕਿਸੇ ਨੂੰ ਕਰਾ ਲਾਈਵ ਕਰਾ ਹੁਣ, ਇੱਕ ਮਿੰਟ ਸੌਰੀ ਜੀ, ਗੁਰੀ ਵਾਲਾ ਜਿਹੜਾ ਪੇਜ ਆ ਉਹ ਹੌਲੀ ਹੋ ਗਿਆ, ਕਾਲ ਆ ਗਈ ਸੀ ਕਾਲ। ਚਲੋ ਲਓ ਜੀ, ਜਿੰਮੀ ਚੂ ਦਾ ਰੌਲਾ ਸੀਗਾ ਆ, ਚੱਕ ਭਰਾਵਾ ਜਿੰਮੀ ਚੂ ਮੇਰੇ ਕੋਲੇ ਸਾਲ ਤੋਂ ਪਏ ਨੇ, ਮੈਂ ਇੰਨਾ ਚੱਕਮਾ ਹੈ ਨਹੀਂ, ਮੇਰੇ ਕੋਲ ਕਦੇ ਪਾਏ ਨਹੀਂ ਗਏ। ਆ ਲੈ ਭਰਾ ਇਹ ਤੂੰ ਰੱਖ ਲਾ, ਤੇਰੇ ਲਈ ਜਿੰਮੀ ਚੂ ਲੈ ਕੇ ਆਵਾਂ ਭਰਾ ਨੂੰ, ਠੀਕ ਆ? ਦੇਣੇ ਸੀ ਕਿਸੇ ਨੂੰ ਇਹ, ਇਹ ਕਿਹੜੇ ਲੇਡੀਜ਼ ਮੰਗਾਏ ਸੀ ਆਪਾਂ, ਕੁੜੀਆਂ ਨੇ ਮੰਗਾਏ ਸੀ ਅਸਾਂ ਜਿੰਮੀ ਚੂ ਤੇ, ਅਸਲੀ ਜਿੰਮੀ ਚੂ ਨੇ ਕੋਈ ਕਾਪੀ ਕੂਪੀ ਨਹੀਂ ਹੈਗੀ, ਓਰੀਜਨਲ ਇੰਗਲੈਂਡ ਤੋਂ ਆਏ ਨੇ ਤੇ। ਅੱਛਾ ਕੁੜੀ ਵਾਲੇ ਨੇ ਫਿਰ ਮੋੜ ਦੇ, ਕੁੜੀ ਵਾਲੇ ਮੰਗਾ ਲਾਂਗੇ ਆਪਾਂ, ਕੋਈ ਗੱਲ ਨਹੀਂ। ਆਪਾਂ ਟੀਜ਼ਰ ਇਸੇ ਤਰੀਕੇ ਨਾਲ ਕੱਟਿਆ ਸੀਗਾ ਕਿ ਗੁਰੀ ਫੋਨ ਕਰਦਾ ਹੁੰਦਾ ਨਾ ਕਿਸੇ, ਹਾਂ ਉਹ ਕਹਿੰਦਾ ਕਿ ਜਿੰਮੀ ਚੂ ਕਿੰਨੇ ਦੇ ਨੇ, ਕਹਿੰਦਾ 40,000 ਦੇ, ਉਹ ਤੁਸੀਂ ਹੋ, ਮੈਂ ਕੁੜੀ ਵਾਲੇ ਮੰਗਾ ਲਈ ਤੁਹਾਨੂੰ, ਓ ਸ਼ਿਟ ਮੈਨੂੰ ਪਤਾ ਹੀ ਨਹੀਂ ਮੁੰਡੇ ਵਾਲੇ ਜਾਂਦੇ ਚੱਲ ਕੋਈ। ਤੇ ਜਿੰਨਾ ਤੁਸੀਂ ਗੁਰੀ ਨੂੰ ਹੁਣ ਤੱਕ ਪਿਆਰ ਦਿੱਤਾ ਜੀ, ਐਜ਼ ਐਨ ਆਰਟਿਸਟ ਗੁਰੀ ਨੂੰ ਗਰੋ ਕਰਦੇ ਤੁਸੀਂ ਸਾਰਿਆਂ ਨੇ ਵੇਖਿਆ ਹੀ ਆ ਯਾਰ ਬੇਲੀ ਤੋਂ ਇਹਦਾ ਸਫ਼ਰ ਸ਼ੁਰੂ ਹੋਇਆ ਤੇ ਕਿੰਨੇ ਕਮਾਲ ਦੇ ਵਧੀਆ ਇਹਨੇ ਟਰੈਕਸ ਦਿੱਤੇ ਨੇ, ਇੱਧਰ ਦਾ ਰੀਕਨੈਕਟਿੰਗ ਹੋ ਗਿਆ, ਸਾਰੇ ਗਾਣੇ ਦੇ ਵਧੀਆ ਰਹੇ ਨੇ। ਉਸ ਤੋਂ ਬਾਅਦ 2 ਗਾਣੇ ਆਏ ਨੇ ਖਾਸ ਕਰਕੇ ਦੂਰੀਆਂ, ਤੁਹਾਨੂੰ ਸੱਚੀ ਬਹੁਤ ਵਧੀਆ ਲੱਗੇ ਕਿਉਂਕਿ ਉਹ ਡਿਫਰੈਂਟ ਸ਼ੇਡ ਦਾ ਸੀਗਾ ਗਾਣਾ, ਅਤੇ ਜਿੰਮੀ ਚੂ ਵੰਸ ਅਗੇਨ ਇਜ਼ ਅ ਵੈਰੀ ਡਿਫਰੈਂਟ ਟਰੈਕ, ਅਤੇ ਮੁੰਡੇ ਨੇ ਅਰਬਨ ਗਾਣਾ ਕੀਤਾ ਅਤੇ ਨਾਲ ਸਾਡੇ ਭਰਾ ਇੱਕੇ ਨੇ ਕੀਤਾ ਨਾ, ਹਾਂ ਸੋ ਇੱਕਾ ਵੀ ਸਾਡਾ ਭਰਾ ਵੀ, ਓ ਮਾਈ ਗੋਡ, ਦੱਬ ਹੈ ਨਹੀਂ ਰਿਹਾ, ਜਮਾ ਹੀ ਨਹੀਂ ਦੱਬ ਰਿਹਾ। ਸੋ ਐਜ਼ ਐਨ ਆਰਟਿਸਟ ਤੁਸੀਂ ਵੇਖ ਸਕਦੇ ਹੋ, ਮੁੰਡਾ ਵੇਰੀਏਸ਼ਨ ਲੈ ਕੇ ਆ ਰਿਹਾ ਜੀ, ਮੇਰੇ ਵੱਲੋਂ ਬੈਸਟ ਵਿਸ਼ਿਸ਼, ਅਤੇ ਕਿਉਂਕਿ ਅਰਬਨ ਗਾਣਾ ਖਾਸ ਕਰਕੇ ਮਤਲਬ ਮੇਰਾ ਜੋਨਰ ਨਹੀਂ ਹੈਗਾ, ਤੇ ਇਸ ਕਰਕੇ ਮੈਨੂੰ ਦੇਖ ਕੇ ਬਹੁਤ ਖੁਸ਼ੀ ਹੋਊਗੀ, ਮੈਂ ਆਮਲੀ ਰੀਲੀ ਲੁਕਿੰਗ ਫੋਰਵਰਡ ਟੂ ਦ ਵੀਡੀਓ। ਖੈਰੇ ਬਾਈ ਨੇ ਬੜਾ ਕਮਾਲ ਦਾ ਕੰਮ ਕੀਤਾ ਹੋਣਾ, ਤੇ ਨਾਲ ਸਾਡਾ ਭਰਾ ਇੱਕਾ ਸਭ ਕੁਛ ਹੀ, ਤੇ ਜਾਨੀ ਵੀ ਪ੍ਰੈਕ ਹਨਾ ਬਾਈ, ਇਦੂ ਉੱਤੇ ਹੁਣ ਕੀ ਹੋ ਸਕਦਾ ਹੈ, ਤੇ ਗੋਲਡ ਮੀਡੀਆ ਤੇ ਗੀਤ MP3, ਦਿਸ ਇਜ਼ ਬੈਸਟ ਇੱਕ ਆਰਟਿਸਟ ਕੈਨ ਆਸਕ ਫੋਰ, ਤੇ ਗਾਣਾ ਵਧੀਆ ਹੋਊਗਾ, ਤੇ ਇੱਕ ਚੀਜ਼ ਰਹਿ ਗਈ ਹੋਊਗਾ ਆਡੀਅੰਸ, ਹਨਾ ਆਪਾਂ ਸਾਰੇ ਬ੍ਰਾਂਡ ਦੁਨੀਆਂ ਦੇ ਇਕੱਠੇ ਕਰ ਸਕਦੇ ਹਾਂ, ਜੇ ਆਡੀਅੰਸ ਨੇ ਨਹੀਂ ਪਸੰਦ ਕੀਤਾ ਫਿਰ ਕੋਈ ਫਾਇਦਾ ਨਹੀਂ ਹੈਗਾ, ਭਾਵੇਂ ਉਹ ਪਰਮੀਸ਼ ਹੋਵੇ ਤੇ ਭਾਵੇਂ ਕੋਈ ਵੀ ਹੋਵੇ, ਆਪਾਂ ਜੋ ਵੀ ਕੁਝ ਕਰਦੇ ਉਹਨਾਂ ਵਾਸਤੇ ਹੀ ਕਰਦੇ ਹਾਂ, ਉਹਨਾਂ ਨੂੰ ਪਸੰਦ ਨਹੀਂ ਆਉਂਦਾ ਜੇ ਤੁਹਾਨੂੰ, ਹਾਂ ਜੇ ਤੁਹਾਡੇ ਦੇ ਅਜਿਹੀ ਗੱਲ ਜੇ ਤੁਹਾਨੂੰ ਪਸੰਦ ਆ ਗਿਆ ਤਾਂ ਸਾਰੇ ਬ੍ਰਾਂਡਾਂ ਤੋਂ ਬਾਅਦ ਵੀ ਬੰਦਾ ਫੇਲ ਹੈ, ਜੇ ਨਾ ਪਸੰਦ, ਜੇ ਪਸੰਦ ਆ ਗਿਆ, ਜੇ ਨਾ ਆਇਆ ਤੇ ਬ੍ਰਾਂਡਾਂ ਨਾਲ ਵੀ ਫੇਲ ਹੈ, ਤੇ ਜੇ ਆ ਗਿਆ ਪਸੰਦ, ਜੇ ਆ ਗਿਆ ਤੇ ਬਿਨਾਂ ਬ੍ਰਾਂਡਾਂ ਤੋਂ ਵੀ, ਜਿਵੇਂ ਮੇਰੇ ਕੋਲੇ ਜਿੰਮੀ ਚੂ ਪਏ ਨੇ, ਪਰ ਜਿਵੇਂ ਕਿ ਤੁਸੀਂ ਦੇਖਦੇ ਹੋ ਆਪਾਂ ਸਪੋਰਟ ਸ਼ੂਜ਼ 'ਚ ਰਹਿੰਦੇ ਹਾਂ, ਠੀਕ ਹੈ? ਤੇ ਬਹੁਤ ਸਾਰੀਆਂ ਬੈਸਟ ਵਿਸ਼ਿਸ਼ ਮੇਰੇ ਭਰਾ ਗੁਰੀ ਨੂੰ, ਤੇ ਜਾਨੀ ਵੀਰੇ ਨੂੰ, ਵੀ ਪ੍ਰੈਕ ਵੀਰੇ ਨੂੰ, ਖੈਰੇ ਬਾਈ ਨੂੰ, ਇੱਕੇ ਨੂੰ, ਤੇ ਆਪਣਾ ਕੀ ਕਹਿੰਦੇ ਨੇ ਗੋਲਡ ਮੀਡੀਆ, ਤੇ ਆਪਣਾ ਕੀ ਕਹਿੰਦੇ ਨੇ ਗੀਤ MP3.com KV ਹੋਰਾਂ ਨੂੰ, ਸਾਰਿਆਂ ਨੂੰ ਬੈਸਟ ਵਿਸ਼ਿਸ਼। ਤੇ ਆਪਦੀ ਫਿਲਮ ਦੀ ਵੀ ਦੱਸੋ ਦੋ ਚਾਰ ਗੱਲਾਂ। ਫਿਲਮ ਬਾਰੇ ਤਾਂ ਮੈਂ ਹਰ ਰੋਜ਼ ਲਾਈਵ ਹੋਣ ਲੱਗ ਗਿਆ, ਪਤਾ ਮੈਂ ਇੰਨਾ ਐਕਸਾਈਟਡ ਹੁੰਦਾ, ਪਹਿਲਾਂ ਬੰਦਾ ਲਾਈਵ ਜ਼ਿਆਦਾ ਨਹੀਂ ਸੀ ਹੁੰਦਾ, ਮੈਂ ਤਾਂ ਰੋਜ਼ ਸ਼ਾਮ ਹੀ ਹੋਣਾ ਕਿ ਥੈਂਕ ਯੂ ਲਵ ਯੂ, ਬਹੁਤ ਸਾਰਾ ਪਿਆਰ ਕਰ ਲਈ, ਦੇਖਦਾ ਜੋ ਕੁੱਕਾ ਪੈਂਦੀਆਂ ਨੇ ਅਸੀਂ ਡੇਲੀ ਲਾਈਵ ਤੇ ਰੋਣੀਆਂ ਨਹੀਂ ਆਪਣਾ ਤੋਂ ਇੱਕ, ਇਹ ਤੁਸੀਂ ਫਿਲਮ ਦੇਖਣ ਗਏ ਸੀਗੇ? ਹਾਂ ਉਸ ਦਿਨ ਬਹੁਤ, ਇੱਕ ਅਸੀਂ ਡਰਾਵਣੀ ਫਿਲਮ ਵੀ ਦੇਖ ਕੇ ਦੀ ਐਲੇ ਵੇਲਾ ਉਹਦੇ ਵਿੱਚ ਕਿਸੇ ਨੇ ਕੁੱਕ ਨਹੀਂ ਮਾਰੀ, ਉਹ ਤਾਂ ਕੁੱਕਾ ਬੰਦ ਹੋ ਜਾਂਦੇ ਨੇ ਬੰਦੇ ਦੀਆਂ। ਨਹੀਂ ਕੱਲ ਅਸੀਂ ਗਏ ਸੀ ਇਲਾਂਟੇ ਫਿਲਮ ਦੇਖਣ, ਤੇ ਇਲਾਂਟੇ 'ਚ ਜਦੋਂ ਅਸੀਂ ਮੈਂ ਨਾ ਵੱਡੀ ਸਕਰੀਨ 'ਤੇ ਨਹੀਂ ਸੀ ਦੇਖਿਆ, ਗੋਲਡ ਕਲਾਸ 'ਚ ਦੇਖੀ ਸੀ, ਉਹ 'ਚ ਸਕਰੀਨ ਛੋਟੀ ਹੁੰਦੀ ਹੈ, ਸੀਟਾਂ ਘੱਟ ਹੁੰਦੀਆਂ ਨੇ, ਪਰ ਮੈਨੂੰ ਸੀ ਮੈਂ ਆਡੀਅੰਸ ਨਾਲ ਬਹਿ ਕੇ ਵੇਖਣੀ ਹੈ ਫਿਲਮ, ਅਤੇ ਅਸੀਂ ਮੰਮੀ ਵੀ ਲਾਈਵ ਦੇਖਣ ਲੱਗ ਗਏ, ਸਤਿ ਸ਼੍ਰੀ ਅਕਾਲ ਜੀ ਮਾਤਾ ਜੀ। ਅਤੇ ਆਪਣਾ ਜਦੋਂ ਮੈਂ ਗਿਆ ਥੀਏਟਰ ਦੇ ਵਿੱਚ, ਉਦੋਂ 8 ਸੀਟਾਂ ਬੁੱਕ ਸੀਗੀਆਂ, ਅਤੇ ਤੁਹਾਨੂੰ ਪਤਾ ਪੰਜਾਬ ਦੇ ਹਾਲਾਤ ਥੋੜ੍ਹੀ ਜਿਹੀ ਖਰਾਬ ਨੇ, ਇਹਦੇ ਕਰਕੇ ਜ਼ਿਆਦਾ ਲੋਕ ਬਾਹਰ ਨਹੀਂ, ਪਰ ਅਸੀਂ 11:30 ਦਾ ਟਾਈਮ ਸੀ ਨਾ, 10:15 ਵਾਲਾ ਸ਼ੋਅ ਦੇਖਣ ਗਏ ਸੀ, 8 ਸੀਟਾਂ ਸੀ, 6-7 ਜਾਣੇ ਅਸੀਂ ਸੀਗੇ,
ਜਦੋਂ ਮੈਂ ਐਂਟਰ ਕੀਤਾ ਹੌਲੀ 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 ਵੇਖਦੇ 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 ਸਾਰਾ ਥੀਏਟਰ ਭਰ ਗਿਆ, ਸਾਰਾ ਨੀ ਜਾਣੀ 70% ਭਰ ਗਿਆ ਜੋ ਅਚੀਵਮੈਂਟ ਹੈ। ਕੱਲ ਬੜੀ ਕਮਾਲ ਦੀ ਗੱਲ ਹੋਈ, ਸੱਚੀ ਸੁਣਨ ਵਾਲੀ ਗੱਲ ਹੈ। ਹੁਣ ਯਾਰ ਮੇਰੀ ਫਿਲਮ ਹੈ ਹਨਾ, ਬੰਦਾ ਥੋੜੀ ਫੂਜ ਹੀ ਤਾਂ ਛੱਕ ਹੀ ਜਾਂਦਾ। ਮੈਂ ਐਂਟਰ ਕੀਤਾ, ਮੈਂ ਪਿੱਛੇ ਗੋਲਡ ਕਲਾਸ ਦੇਖੀ, ਮੈਂ ਕਿਹਾ ਆਹ ਸੀਟ ਸੋਹਣੀ ਆ, ਮੈਂ ਉਹ ਵੀ ਬਹਿ ਗਿਆ। ਹੁਣ ਮੈਨੂੰ ਨੀ ਸੀ ਪਤਾ ਕਿ ਮੇਰੀ ਇਹ ਸੀਟ 3 ਸੀਟਾਂ ਛੱਡ ਗਿਆ, ਤਾਂ ਮੈਂ ਬੈਠਾ ਉਹਦਾ। ਉੱਧਰ ਇੱਕ ਮੁੰਡਾ ਆਇਆ ਉਹਦੀ ਫੈਮਿਲੀ ਨਾਲ ਟਿੱਕੀ ਦੇ, ਕਹਿੰਦਾ ਬਾਈ ਯਾਰ ਇੱਧਰੋਂ ਮੇਰੀ ਆ ਸੀਟ। ਕਹਿੰਦਾ ਪਰਮੇਸ਼ ਵੀਰਾ, ਮੈਂ ਕਿਹਾ ਹਾਂ ਮੈਂ, ਮੇਰੀ ਫਿਲਮ ਹੈ। ਅਸੀਂ ਉੱਤੇ ਬਹੁਤ ਖੁਸ਼ ਹੋਏ ਸਾਰੇ ਜਾਣੇ ਜਿੰਨੇ ਆਡੀਅੰਸ ਵਾਲੇ ਸੀਗੇ। ਤੇ ਮੈਨੂੰ ਜਦੋਂ ਫੋਟੋ ਲਈ ਪੁੱਛਿਆ, ਮੈਂ ਕਿਹਾ ਮੈਂ ਸਾਰੀ ਦੇਖ ਕੇ ਜਾਊਂਗਾ, ਟੈਨਸ਼ਨ ਨਾ ਲਓ, ਆਪਾਂ ਇੰਟਰਵਲ 'ਚ ਫੋਟੋ ਕਰਾਵਾਂਗੇ। ਸੋ ਮੈਂ ਆਪਦੀ ਫਿਲਮ ਮੈਂ ਆਡੀਅੰਸ ਨਾਲ ਬਹਿ ਕੇ ਵੇਖੀ, ਮੈਨੂੰ ਸੱਚੀ ਯਾਰ ਬਹੁਤ ਵਧੀਆ ਲੱਗਾ। ਸੱਚੀ ਸਾਰਿਆਂ ਨੇ ਬਹੁਤ ਪਿਆਰ ਕੀਤਾ, ਜਿਵੇਂ ਆਪਾਂ ਅਸੀਂ ਹਮੇਸ਼ਾ ਇਕੱਠੇ ਜਾ ਫਿਲਮ ਦੇਖ ਕੇ ਆਉਂਦੇ ਹਾਂ। ਹਾਂ, ਤੇ ਅਸੀਂ ਇੱਕ ਲੈਣ 'ਚ ਸੀਟ ਮਿਲਦੀ ਨਾ ਸਾਨੂੰ ਹਮੇਸ਼ਾ, ਇੱਕ ਸੀਟ 'ਚ ਚਾਰ ਜਣੇ ਸਾਡੇ ਉਹ ਉਹ ਪਾਸੇ ਬੈਠੇ, ਇੱਕ ਜਗ੍ਹਾ ਸੀਟ ਨਹੀਂ ਮਿਲੀ ਹੈਗੀ। ਕੇਵੀ ਅੱਗੇ ਬਹਿ ਕੇ ਦੇਖ ਗਿਆ। ਸਾਡੇ ਮਨਸ਼ਿੰਦਰ ਭਾਈ ਨੇ, ਸਾਡੇ ਬੜੇ ਸੀਨੀਅਰ ਡਾਇਰੈਕਟਰ ਨੇ, ਸਾਡੇ ਜੋ ਉਮਰ 'ਚ ਵੱਡੇ ਨੇ, ਉਹਨਾਂ ਦਾ ਮੈਨੂੰ ਮੈਸੇਜ ਆਇਆ, ਕੋਂਗਰੈਚੁਲੇਸ਼ਨ 20 ਸਾਲਾਂ 'ਚ ਪਹਿਲੀ ਵਾਰੀ, ਕਹਿੰਦਾ ਪਹਿਲੀ ਰੋ ਤੇ ਬਹਿ ਕੇ ਮੈਂ ਮੂਵੀ ਦੇਖੀ ਹੈ। ਮੈਂ ਆਪ ਜਦੋਂ ਆਪਾਂ ਹਿਸਾਬ ਨੀ ਲਾਉਂਦੇ ਹੁੰਦੇ ਯਾਰ ਕਿੰਨੇ ਬੰਦੇ ਆਉਣਗੇ, ਕਿੰਨੀਆਂ ਫਿਲਮਾਂ ਹੋਣਗੀਆਂ, ਤੇ ਸਾਰੇ ਪਹਿਲਾਂ ਸੋਚਦੇ ਹੁੰਦੇ ਸੀ ਕਿ ਯਾਰ 70% ਥੀਏਟਰ ਭਰ ਜੂਗਾ, ਕਿਉਂਕਿ ਪਹਿਲੀਆਂ ਸੀਟਾਂ ਨੂੰ ਕੋਈ ਕਾਊਂਟ ਹੀ ਨਹੀਂ ਕਰਦਾ। ਪਰ ਜਦੋਂ ਮੈਂ ਥੀਏਟਰ ਵਿਜ਼ਿਟਸ ਲਈ ਗਿਆ, ਯਾਨੀ ਲਿਟਰਲੀ ਅਗਲੀਆਂ ਸੀਟਾਂ ਤੱਕ ਬੰਦੇ ਬੈਠੇ, ਮੇਰੀਆਂ ਅੱਖਾਂ 'ਚੋਂ ਹੰਝੂ ਆ ਜਾਂਦੇ ਸੀ। ਭੁੱਲਰ ਆਪਣਾ ਜਿਹੜਾ, ਤੇ ਭੁੱਲਰ ਵੀ ਸਾਰੀ ਪਹਿਲੀ ਸੀਟ ਤੇ ਬਹਿ ਕੇ ਦੇਖਿਆ। ਭੁੱਲਰਿਆਂ ਨੇ ਇਮੋਸ਼ਨਲ ਮੈਸੇਜ ਕੀਤਾ ਨਾ, ਕਹਿੰਦਾ ਬਾਈ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ, ਆਪਣੇ ਸਫ਼ਰ ਆਪਾਂ ਕਿੱਥੋਂ ਸ਼ੁਰੂ ਕੀਤਾ ਕਿਵੇਂ। ਤੇ ਪਿੱਠ ਸੁਣਦੀ ਰਹੀ ਸਾਡੇ ਪ੍ਰੋਡਿਊਸਰ ਦੀ, ਵਿਜੇ ਭਾਜੀ ਹੈ ਨਾ, ਵਿਜੇ ਸੈਣੀ ਭਾਜੀ, ਸਾਡੇ ਡਾਇਰੈਕਟਰ ਵਿਕਰਮ ਸਰ। ਫਰਾਈਡੇ ਨੂੰ ਫਿਲਮ ਨਹੀਂ ਆਈ, ਇੰਨਾ ਲੌਸ ਹੋ ਗਿਆ ਉਹਨਾਂ ਨੇ, ਇੱਕ ਮੱਥੇ 'ਤੇ ਸ਼ਿਕਨ ਨਹੀਂ ਹੈਗੀ, ਕਹਿੰਦੇ ਕੋਈ ਚੱਕਰ ਨਹੀਂ, ਜਿਵੇਂ ਵਾਹਿਗੁਰੂ ਦੀ ਮਰਜ਼ੀ ਆ। ਅਤੇ ਮੈਂ ਸੱਚੀ ਬੇਨਤੀ ਕਰਦਾ, ਇੱਕ ਉਹਨਾਂ ਕਰਕੇ ਸਾਡੇ ਪ੍ਰੋਡਿਊਸਰਾਂ ਕਰਕੇ ਜਿਹੜਾ ਫਰਾਈਡੇ ਦਾ ਨੁਕਸਾਨ ਹੋਇਆ, ਬਾਈ ਇੱਕ ਵਾਰੀ ਫਿਰ ਤੋਂ ਫਿਲਮ ਦੇ ਕੇ ਉਹਨਾਂ ਦੇ ਪੈਸੇ ਪੂਰੇ ਕਰਾ ਦਿਓ ਯਾਰ। ਸਾਡਾ ਪ੍ਰੋਡਿਊਸਰ ਹੀਰਾ ਬੰਦਾ ਹੈ, ਸਾਡੇ ਡਾਇਰੈਕਟਰ ਹੀਰਾ ਬੰਦਾ, ਯਾਨੀ ਉਹਨਾਂ ਨੇ ਮਨ 'ਤੇ ਹੀ ਨਹੀਂ ਲਾਈ ਗੱਲ, ਨਹੀਂ ਤਾਂ ਉਹ ਚਾਹੁੰਦੇ ਡੇਟ ਡੂਟ ਅੱਗੇ ਕਰ ਸਕਦੇ ਸੀ, ਉਹਨਾਂ ਨੂੰ ਇੰਨਾ ਉਹਨਾਂ ਨੇ ਪੈਸਾ ਲਾਇਆ। ਪਰ ਮੈਂ ਇੱਕ ਵਾਰੀ ਸਾਰਿਆਂ ਨੂੰ ਬੇਨਤੀ ਕਰੂੰ, ਬਾਈ ਫਿਲਮ ਦੇਖ ਲਿਓ, ਉਹਨਾਂ ਦੇ 4 ਪੈਸੇ ਬਣ ਜਾਣ, ਤੇ ਮੈਂ ਰੋਕੀ 2 ਛੇਦੀ ਛੇਦੀ ਲੈ ਕੇ ਆਇਆ ਯਾਰ। ਹੈ ਰੋਕੀ 2 ਦੀ ਵੇਟ ਸਾਰੇ ਵਾਲਿਆਂ ਨੂੰ, ਮੈਂ ਰੋਕੀ 2 ਦੀ ਥੋੜੀ ਜਿਹੀ ਕਹਾਣੀ ਸੁਣਾਈ ਹੈ ਗੁਰੀ ਹੋਰਾਂ ਨੂੰ, ਵਧੀਆ ਲੱਗੀ ਤੁਹਾਨੂੰ? ਇਹਦੇ ਨਾਲ ਡਬਲ ਘੈਂਟ ਆ, ਪੈਂਦੀ ਅਵਰ ਤੱਕ ਚੈਂਪੀਅਨ ਡਬਲ, ਨਾ ਸੱਚੀ ਡਬਲ ਘੈਂਟ ਆ। ਤੇ ਹੁਣ ਤੂੰ ਜਿੰਮੀ ਚੋਂ ਗਾਣੇ ਬਾਰੇ ਕੁਛ ਦੱਸਣਾ ਚਾਹੁੰਦਾ, ਕਿ ਉਹਦਾ ਐਕਸਪੀਰੀਅੰਸ ਤੇਰਾ ਕਿਵੇਂ ਰਿਹਾ? ਠੰਡ ਦਾ ਟਾਈਮ ਸੀ, ਇੱਥੇ ਬਲੱਡ ਲੱਗਿਆ ਹੋਣਾ, ਗਿੱਲਾ ਹੋਣਾ ਬੰਦਾ, ਉੱਤੋਂ ਐਕਸ਼ਨ ਹੋਣਾ, ਰੋਟੀ ਮੈਂ ਖਾਂਦਾ ਨੀ ਸੀ, ਤੇ ਮੈਨੂੰ ਮਿੱਟੀ ਤੋਂ ਐਲਰਜੀ ਆ। ਉਹ ਜਿਹੜਾ ਮਨਿੰਦਰ ਵਾਲਾ ਸੀਕੁਐਂਸ ਦਾ ਜਿਹ 'ਚ ਮੈਂ ਹੈੱਡ ਮਾਰਦਾ, ਉਹ ਜਦੋਂ ਡਿੱਗਦਾ ਮੇਰੇ ਲੱਤ ਵੱਜਦੀ ਆ, ਤਾਂ ਐਂ ਡਿੱਗਿਆ ਰਿਹਾ, ਮੈਨੂੰ ਚੜੀ ਗਿਆ ਉਹ ਜਿਹੜੀ ਹੁੰਦੀ ਆ ਫੱਕ ਜਿਹੀ ਹੁੰਦੀ ਆ, ਮੈਂ ਇਹ ਬਹੁਤ ਮਾਰ ਰਿਹਾ। ਪਰ ਮਿਹਨਤਾਂ ਦਾ ਮੁੱਲ ਬਾਬਾ ਪਾ, ਵੈਸੇ ਐਕਸਪੀਰੀਅੰਸ ਬਹੁਤ ਵਧੀਆ ਰਿਹਾ, ਜਿੰਮੀ ਚੂਚੂ ਤਾਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਮੈਨੂੰ। ਜੇ ਕੀ ਸਿੱਖਿਆ ਚਲੋ, ਡਾਂਸ ਸਿੱਖ ਕੇ ਬੜੀ ਗੱਲ ਯਾਰ, ਮੈਨੂੰ ਡਾਂਸ ਨਹੀਂ ਆਉਂਦਾ। ਉਹ ਕਲੱਬ 'ਚ ਨਹੀਂ, ਕਈ ਬੰਦੇ ਆ ਗਲਾਸ ਫੜਕਿਆਂ ਕਰਦੇ ਹੁੰਦੇ ਗੇ, ਯਾ ਮੈਂ ਉਹ ਬੰਦਾ ਜਿਹੜਾ ਯਾ ਕਰਦਾ। ਵੈਸੇ ਮੈਂ 2 ਵਾਰੀ ਹੋ ਗਿਆ ਕਲੱਬ 'ਚ, ਇਹਨੇ ਉਹ ਵੀ ਨੀ ਬਹਿਣਾ, ਨਹੀਂ ਨੀ ਵੀਰੇ ਮੈਂ ਠੀਕ ਆ, ਬਸ ਇਹਨੇ ਉੱਥੇ ਬਹਿਣਾ, ਚਾਹ ਪਾਣੀ ਉੱਥੇ ਪੀ ਲੂਗਾ, ਉਹਦਾ ਕੋਈ ਚੱਕਰ ਨੀ। ਚਲੋ ਬਾਬੇ ਦੀ ਕਿਰਪਾ ਨਾਲ, ਰੱਬ ਕਰੇ ਤੂੰ ਐਵੇਂ ਹੀ ਹੰਬਲ ਰਹੇ, ਕਿਉਂਕਿ ਸਭ ਤੋਂ ਕਲਾਕਾਰ ਦੀ ਵੱਡੀ ਉਪਲਬਧੀ ਸਕਸੈਸ ਨੀ ਹੁੰਦੀ। ਕਿਉਂਕਿ ਮੈਂ ਇਹ ਗੱਲ ਤਾਂ ਕਹਿ ਸਕਦਾ, ਮੈਂ ਬਹੁਤ ਲੋਕਾਂ ਨਾਲ ਰਿਹਾ, ਮੈਂ ਬੜੇ ਆਰਟਿਸਟਾਂ ਨਾਲ ਕੰਮ ਕੀਤਾ, ਜਿਹਨੂੰ ਆਪਾਂ ਕਮਰਸ਼ੀਅਲ ਲੈਂਗੁਏਜ ਕਿਸੇ ਨੂੰ ਹਿੱਟ ਕਹਿ ਸਕਦੇ ਹਾਂ, ਫਲੋਪ ਕਹਿ ਸਕਦੇ ਹਾਂ, ਕਿਸੇ ਨੂੰ ਸੀਨੀਅਰ ਕਹਿ ਸਕਦੇ ਹਾਂ, ਕਿਸੇ ਨੂੰ ਕੁਛ ਵੀ, ਹੈਨਾ, ਮੈਂ ਡਿਫਰੈਂਟ ਲੋਕਾਂ ਨਾਲ ਰਿਹਾ। ਸਕਸੈਸ, ਪੈਸੇ ਹਮੇਸ਼ਾ ਆਉਂਦੇ ਜਾਂਦੇ ਰਹਿਣਗੇ, ਜਿਹੜੀ ਤੁਹਾਡੀ ਮੂਲ ਰੂਪ 'ਤੇ ਤੁਸੀਂ ਅਸਲ 'ਚੋਂ, ਉਹ ਸਾਰੀ ਜ਼ਿੰਦਗੀ ਤੁਹਾਡੇ ਨਾਲ ਰਹੂਗਾ। ਸੋ ਮੰਨ ਲੈ ਬੰਦਾ, ਮੈਂ ਤੈਨੂੰ ਨਹੀਂ ਕਹਿ ਰਿਹਾ, ਇਨ ਜਨਰਲ ਕਹਿ ਰਿਹਾ, ਮੇਰੇ 'ਤੇ ਵੀ ਗੱਲ ਲਾਗੂ ਹੁੰਦੀ ਆ, ਧਿਆਨ ਨਾਲ ਸੁਣ ਰਿਹਾ ਮੈਂ। ਜਦੋਂ ਤੁਸੀਂ ਇਹ ਗੱਲ ਦੱਸਾਂ ਯਾਰ ਲਾਈਵ 'ਤੇ, ਇਹ ਗੱਲ ਤੁਸੀਂ ਕੱਟ ਕੇ ਪਾਉਣਗੇ, ਪਰਮੇਸ਼ ਵਰਮਾ ਨੇ ਦੱਸੀਆਂ 3 ਬਹੁਤ ਜ਼ਰੂਰੀ ਗੱਲਾਂ ਬੰਦੇ ਨੂੰ ਨਾ, ਆਰਟਿਸਟ ਨੂੰ 3 ਚੀਜ਼ਾਂ ਖਰਾਬ ਕਰਦੀਆਂ ਨੇ। ਸੱਚੀ ਦੱਸਦਾ ਇਹ ਗੱਲ, ਮੈਂ ਸੀਰੀਅਸ ਹੋ ਗਿਆ ਹੁਣ, ਪਰ ਸੁਣਨ ਵਾਲੀਆਂ ਗੱਲਾਂ ਨੇ। 1 ਤੁਹਾਨੂੰ ਪੈਸਾ ਖਰਾਬ ਕਰਦਾ, 1 ਤੁਹਾਨੂੰ ਨਸ਼ਾ ਖਰਾਬ ਕਰਦਾ, 3 ਤੁਹਾਡੇ ਰਿਲੇਸ਼ਨਸ਼ਿਪ ਖਰਾਬ ਹੁੰਦੇ। ਉਹ ਗਰਲਫ੍ਰੈਂਡ ਨਾਲ ਵੀ ਹੋ ਸਕਦਾ, ਮਾਂ ਪਿਓ ਨਾਲ ਵੀ ਹੋ ਸਕਦਾ, ਦੋਸਤਾਂ ਨਾਲ ਵੀ ਹੋ ਸਕਦਾ। ਕਿਵੇਂ ਖਰਾਬ ਕਰਦੇ ਨੇ ਮੈਂ ਦੱਸਦਾ, ਜਦੋਂ ਪੈਸਾ ਆ ਗਿਆ ਤਾਂ ਨਸ਼ਾ ਵੀ ਆਊਗਾ, ਤੁਹਾਡੇ ਕੋਲ ਪੈਸੇ ਹੈਗੇ ਨੇ
ਤੇ ਉਹ ਪੈਸਾ ਨਸ਼ਾ ਤੁਹਾਡਾ ਦਿਮਾਗ ਖਰਾਬ ਕਰੂ, ਤੁਹਾਡੇ ਰਿਲੇਸ਼ਨ ਖਰਾਬ ਹੋ ਗਏ। ਪਰ ਕੋਈ ਚੱਕਰ ਨਹੀਂ, ਕਿਉਂਕਿ ਤੁਸੀਂ ਪੈਸਾ ਕਮਾ ਰਹੇ ਹੋ ਨਸ਼ੇ ਚੋਂ, ਰਿਲੇਸ਼ਨ ਖਰਾਬ ਹੋ ਹੀ ਜਾਣਗੇ। ਪਰ ਜਦੋਂ ਪੈਸਾ ਜਾਊਗਾ ਤਾਂ ਨਸ਼ਾ ਤੁਹਾਨੂੰ ਖਰਾਬ ਕਰ ਚੁੱਕਾ ਹੋਊਗਾ। ਮਤਲਬ ਤੁਸੀਂ ਨਸ਼ਾ ਨਸ਼ੇ ਕਰਕੇ ਖਰਾਬ ਹੋਵੋਗੇ, ਪੈਸਾ ਤੁਹਾਡੇ ਕੋਲ ਹੋਊਗਾ ਨਹੀਂ, ਤੇ ਸਾਂਭਣ ਲਈ ਕੋਈ ਰਿਸ਼ਤੇਦਾਰ, ਕੋਈ ਫੈਮਿਲੀ, ਕੋਈ ਰਿਲੇਸ਼ਨਸ਼ਿਪ ਨਹੀਂ। ਆਇਤ ਹੀ ਤਿੰਨ ਚੀਜ਼ਾਂ ਖਰਾਬ ਕਰਦੀਆਂ ਨੇ। ਸੋ ਮੈਨੂੰ ਇਹ ਗੱਲ ਆਉਂਦੀ ਆ, ਪੈਸਿਆਂ ਨੂੰ, ਨਸ਼ੇ ਨੂੰ, ਫੇਮ ਨੂੰ ਇਹ ਦਿਮਾਗ 'ਤੇ ਨਹੀਂ ਚੜਾਉਣਾ ਚਾਹੀਦਾ, ਕਿਉਂਕਿ ਜੇ ਕਦੇ ਇਹ ਚੀਜ਼ ਗਈ, ਮਤਲਬ ਕਿਉਂਕਿ ਤੁਹਾਡੇ ਕੋਲ ਪੈਸਿਆਂ ਦੀ ਅਬੰਡੈਂਸ ਸੀਗੀ, ਪੈਸੇ ਜ਼ਿਆਦਾ ਸੀ, ਉਹ ਰਹਿਣੇ ਨਹੀਂ। ਨਸ਼ਾ ਤੁਹਾਨੂੰ 2 ਸਾਲਾਂ ਤੋਂ ਖਰਾਬ ਹੀ ਕਰ ਰਿਹਾ ਹੋਊਗਾ, ਅਤੇ ਸਾਂਭਣ ਵਾਲਾ ਵੀ ਰਹਿੰਦਾ ਨਹੀਂ। ਸੋ ਮੈਂ ਸਾਰਿਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ, ਮੈਂ ਗਲਤ ਵੀ ਹੋ ਸਕਦਾ, ਮੇਰੇ ਤੋਂ ਸਿਆਣੇ ਵੀ ਬੜੇ ਬੰਦੇ ਨੇ, ਪਰ ਮੈਂ ਦਿਲੋਂ ਇਹ ਗੱਲ ਕਹਿੰਦਾ ਕਿ ਚੀਜ਼ਾਂ ਦਾ ਧਿਆਨ ਰੱਖਿਆ ਕਰੋ। ਸੱਚੀ ਮੈਂ ਦੇਖੀਆਂ ਨੇ ਆਪ ਲੋਕਾਂ ਨੂੰ, ਇਸ ਕਰਕੇ ਮੈਂ ਚੀਜ਼ਾਂ ਲੈ ਕੇ ਬੜਾ ਹੋ ਰਿਹਾ। ਸਿਹਤ ਵੀ ਆਪਦੀ ਫਿੱਟ ਰੱਖਿਆ ਕਰੋ, ਇਹ ਵੀ ਗੱਲ ਹੈ। ਜਦੋਂ ਬੰਦਾ ਕਲਾਕਾਰ ਹੁੰਦਾ, ਬਾਹਰ ਅੰਦਰ ਜਾਂਦਾ, ਰੋਟੀ ਪਾਣੀ ਵਧੀਆ ਖਾਂਦਾ ਪੀਂਦਾ, ਪਾਰਟੀਆਂ 'ਤੇ ਵੀ ਜਾਂਦਾ, ਪਰ ਸਿਹਤ ਦਾ ਵੀ ਧਿਆਨ ਰੱਖਣਾ ਓਨੀ ਜ਼ਰੂਰੀ ਹੈ। ਸੋਰੀ ਯਾਰ, ਅਸੀਂ ਸੀਰੀਅਸ ਗੱਲਾਂ 'ਤੇ ਲੈ ਗਏ, ਗਾਣਾ ਸੁਣਾ ਦੇ ਫਿਰ ਕੋਈ, ਨਹੀਂ ਤਾਂ ਮੈਂ ਸੁਣਾ ਦਿੰਦਾ ਸੁੱਖ ਨਾਲ ਗਾਣਾ ਪੜ੍ਹਾ ਹੀ ਗਿਆ ਬਹੁਤ ਛੇਤੀ ਦਾ ਨਵਾਂ ਗਾਣਾ। ਤੁਸੀਂ ਦੋਨੇ ਸੁਣਾਓ, ਤੂੰ ਯਾਰ ਵੇਲੇ ਸੁਣਾ, ਦੋਵੇਂ ਜਾਣੇ ਯਾਰ ਐਡਾ ਖਰਾ ਮੇਰੇ ਨਾਲ ਸਿੰਗਰ। ਚਲੋ ਨਾਲ ਗਾਊਗਾ ਵੀ, ਕੀ ਮਤਲਬ ਗੁਰੀ ਹੈ, ਮੈਂ ਰਿਆਜ਼ ਕਰਦਾ ਰੋਜ਼। ਕੱਠੇ ਗਾ ਲੋ, ਤੁਸੀਂ ਸ਼ੁਰੂ ਕਰੋ, ਵੀਰਾ ਨਾਲ ਰਹੂਗਾ ਗੋਰੀ। ਦੇਖੋ ਜੀ, ਡੀਜੇ ਵਾਲੀ ਆਵਾਜ਼ ਚੱਕ ਕੇ ਫੇਰ ਗਾਣੇ, ਅਜੇ ਤਾਂ ਆਉਂਦਾ ਹੀ ਨੀ ਗਾਣਾ। ਠੀਕ ਹੈ, ਖੜ ਜਾ, ਮੈਂ ਦੋ ਕੁ ਲਾਈਨਾਂ ਉਦਣ ਰੈਡੀ ਕੀਤੀਆਂ ਨੇ ਮਵੀ ਨੇ, ਮੈਂ ਵੈਸੇ ਸੁਣਾਉਣਾ ਸਿੱਧੇ ਸਿੱਧੇ ਗੱਲ ਤੇ, ਹਨਾ ਕਿ ਹੋ ਗਾਉਣ ਦਾ ਨਾ ਚੱਜ ਮੈਨੂੰ ਹੋਣ ਨਾ ਗਰਾਰੀਆਂ, ਸਿੱਧਾ ਸਿੱਧਾ ਗਾਵਾਂ ਤਾਂ ਵੀ ਵੱਜਦੀਆਂ ਤਾੜੀਆਂ। ਹੋ ਗਾਉਣ ਦਾ ਨਾ ਚੱਜ ਮੈਨੂੰ ਹੋਣ ਨਾ ਗਰਾਰੀਆਂ, ਸਿੱਧਾ ਸਿੱਧਾ ਗਾਵਾਂ ਤਾਂ ਵੀ ਵੱਜਦੀਆਂ ਤਾੜੀਆਂ। ਹੋ ਗੱਡੀ ਚੱਲ ਜੂਗੀ ਇੰਨਾ ਕਿਤਾ ਗਾ ਗਿਆ ਨੀ, ਫੈਨ ਮਾਰਦੇ ਨੇ ਜਾਨ, ਓਏ ਹੋਏ ਹੋਏ, ਫੈਨ ਮਾਰਦੇ ਨੇ ਜਾਨ, ਤੱਕ ਪਾ ਗਿਆ ਨੀ, ਫੈਨ ਮਾਰਦੇ ਨੇ ਜਾਨ। ਸਤਪਾਲ ਨੇ ਗਾਲਾਂ ਕੱਢੜੀਆਂ ਨੇ, ਮੈਂ ਗਾਤਾ ਨਿਕਲ ਕੇ ਕੋਈ ਵੀ ਨਾਮ ਕਮਾਉਂਦਾ ਹੈ ਉਹਨੂੰ ਤੁੱਕਾ ਨੀ ਮਿਹਨਤ ਕਹਿੰਦੇ ਨੇ। ਪਰਮੀਸ਼ ਬਾਈ, ਥੈਂਕ ਯੂ, ਵੈਰੀ ਕਾਇੰਡ ਵਰਡ ਵੀਰੇ, ਥੈਂਕ ਯੂ। ਚੱਲ ਹੁਣ ਤੂੰ ਸੁਣਾ ਦੇ, ਦੂਰੀਆਂ ਕੀ ਯਾਰ ਬਿਲਕੁਲ ਦੂਰੀਆਂ ਸੁਣਾ ਦੇ, ਦੂਰੀਆਂ ਸੁਣਾ ਦੇ, ਪੁਜਾਰੀ ਹੁੰਦਾ ਏ ਟੱਚਰਾਂ ਬਥੇਰੇ ਲੋਕੀ ਰਹਿੰਦੇ ਕਰਦੇ ਪਰੋਂ ਸਾਰਾ ਪੁਜੈ ਨਾਮ ਤੇ ਜੋ ਯਾਰੀ ਹੁੰਦਾ ਏ। ਹੋ ਬਾਈ ਸੱਥ ਵਿੱਚ ਬਹਿ ਕੇ ਗੀਤ ਗਾ ਲੈਂਦੇ ਆ, ਮੋਟਰਾਂ ਤੇ ਟਾਣੀਆਂ ਸਜਾ ਲੈਂਦੇ ਆ, ਲੋਕੀ ਆਖਦੇ ਨੇ ਮਾਰਦਾ ਏ ਵੇਲੀਆਂ, ਕਹਿੰਦੇ ਉੱਚੀਆਂ ਹਵੇਲੀਆਂ, ਕਾਰਾਂ ਲੰਮੀਆਂ ਤੇ ਸਹੇਲੀਆਂ। ਹੋ ਵੀਰੇ ਪੱਲੇ ਸਾਡੇ ਕੱਖ ਨਹੀਂ, ਯਾਰਾਂ ਵੇਲੀਆਂ ਦੇ ਵੇਲੀਆਂ। ਅੱਜ ਉੱਠਿਆ ਅੱਖਾਂ ਸੁੱਜੀਆਂ ਪਈਆਂ, ਬੁਰਾ ਹਾਲ ਹੋਇਆ ਪਿਆ। ਕੋਈ ਗੱਲ ਹੀ ਨੀ, ਮੈਂ ਨਾ ਉਦਣ ਸਾਡੀ ਇੰਟਰਵਿਊ ਚੱਲਦੀ ਸੀ, ਉਹ ਕਹਿੰਦੇ ਬਾਈ ਤੇ ਬੀਅਡ ਬਹੁਤ ਵਧੀਆ ਲੱਗਦੀ ਹੈ। ਮੈਂ ਜਿਵੇਂ ਤੂੰ ਕਿਹਾ ਅੱਖਾਂ ਸੁੱਜੀਆਂ ਨੇ, ਇਹ ਜਿਨ੍ਹਾਂ ਨੇ ਪਸੰਦ ਕਰਨਾ ਉਹਨਾਂ ਨੇ ਬੀਅਡ ਨਾਲ ਵੀ ਕਰ ਲੈਣਾ, ਗੰਜ ਵਾਲੇ ਨੂੰ ਵੀ ਕਰ ਲੈਣਾ, ਸਾਰਿਆਂ ਨੂੰ ਪਿਆਰ ਕਰ ਲੈਣਾ, ਹਨਾ, ਬਾਲ ਹੋਣ ਨਾ ਹੋਣ, ਨਹੀਂ ਪਸੰਦ ਕਰਨਾ ਫਿਰ ਜੋ ਮਰਜ਼ੀ ਕਰੋ, ਫਿਰ ਜਿੰਮੀ ਚੂ ਵੀ ਪਾਲੋ ਭਾਵੇਂ। ਜਿੰਮੀ ਚੂ ਤੋਂ ਯਾਦ ਆਇਆ ਮੇਰੇ ਵੀਰ, ਗੁਰੀ ਦਾ ਗਾਣਾ ਆ ਰਿਹਾ 26 ਅਗਸਤ ਨੂੰ ਸ਼ਾਮ ਨੂੰ 6 ਵਜੇ ਜਿੰਮੀ ਚੂਚੂ, ਤੇ ਸਾਰੇ ਜਾਣਿਆਂ ਨੂੰ ਬੇਨਤੀ ਕਰਦਾ ਜੀ ਕਿ ਜ਼ਰੂਰ ਬਾਈ ਦਾ ਫੇਸਬੁੱਕ ਵਾਲ, ਇੰਸਟਾਗ੍ਰਾਮ ਸਭ ਵਿਹਲਾ ਰੱਖਿਓ। ਕਿਦਾਂ ਮੁੰਡਿਆਂ ਦੇ ਹੱਕ 'ਚ ਗਾਣਾ ਕਿੱਦਾਂ ਸਿਸਟਮ ਦੱਸ ਦਿਓ, ਦੋਨਾਂ ਦੇ ਹੱਕ 'ਚ ਨਹੀਂ ਕਿ ਮਤਲਬ ਜਿਨ੍ਹਾਂ ਦਾ ਬ੍ਰੇਕਅਪ ਹੋਇਆ ਉਹਨਾਂ ਲਈ ਹੈ ਕਿ ਜਨਰ ਕੀ ਆ, ਇਮੋਸ਼ਨ ਕੀ ਆ, ਖੁਸ਼ੀਆਂ ਨੇ ਬਸ, ਥੋੜੀ ਜਿਹੀ ਉਹਨੂੰ ਮਨਾਉਣਾ ਹੈ। ਤੀਜੇ ਗਾਣੇ ਚ ਅੱਡ ਹੋ ਗਿਆ, ਅੱਡ ਹੋ ਗਿਆ, ਤੇ ਚੌਥੇ ਚ ਮਨਾਲੀ, ਫਿਰ ਸਬਸਕ੍ਰਾਈਬ।
ਸਬਸਕ੍ਰਾਈਬ ਟੂ www.youtube.com/c/parmeshwarmafilms ਮੇਰਾ ਪੇਜ ਸਾਰੇ ਸਬਸਕ੍ਰਾਈਬ ਕਰੋ ਨਾਲ ਦੀ ਨਾਲ ਹੀ ਆਪਣਾ ਕੀ ਕਹਿੰਦੇ ਨੇ ਇਧਰ ਯਾਰ ਸਾਡਾ ਹੀਰੋ ਨਹੀਂ ਆ ਰਿਹਾ ਅੱਜ ਤੇ ਨਾਲ ਦੀ ਨਾਲ ਸਾਡਾ ਗੋਲਡ ਮੀਡੀਆ ਦਾ ਨਹੀਂ ਗੀਤ MP3.com ਦਾ ਪੇਜ ਵੀ ਪਲੀਜ਼ ਸਬਸਕ੍ਰਾਈਬ ਕਰੋ ਤੇ ਪੇਜ ਤੁਹਾਨੂੰ ਲੱਭ ਹੀ ਜਾਣਾ ਕਿਉਂਕਿ ਫੇਕ ਪੇਜ ਇਹਨਾਂ ਨੇ ਰਹਿਣ ਨਹੀਂ ਦੇਣਾ ਥੈਂਕ ਯੂ ਸਾਰਿਆਂ ਦਾ ਤੇ ਯਾਰ ਇੱਕ ਬੇਨਤੀ ਹੋਰ ਹੈ ਵੈਸੇ ਸੀਰੀਅਸਲੀ ਸਾਰਿਆਂ ਨੂੰ ਕਹਿਣਾ ਪਲੀਜ਼ ਦੇਖੋ ਕਿਸੇ ਨੇ ਦੇਖੋ ਕੋਈ ਪਿਆਰ ਕਰਦਾ ID ਬਣਾਉਣਾ ਚਾਹੁੰਦਾ ਮੇਰੀਆਂ ਫੋਟੋਆਂ ਨਾਲ ਜੀ ਸਦ ਕੇ ਪਰ ਉੱਥੇ ਪਲੀਜ਼ ਅਨਅਫੀਸ਼ੀਅਲ ਲਿਖ ਦਿਆ ਕਰੋ ਮੇਰਾ ਨਾਂ ਯੂਜ਼ ਕਰਕੇ ਕਿਸੇ ਵੀ ਆਰਟਿਸਟ ਦਾ ਨਾਲ ਪਹਿਲਾਂ ਇਹ ਗੱਲ ਦੱਸਦੀ ਸੀ ਉਹਨਾਂ ਨੇ ਮੈਨੂੰ ਇਹ ਗੱਲ ਕਲੀਅਰਲੀ ਕਹੀ ਹੋਈ ਹੈ ਜਦੋਂ ਵੀ ਕੋਈ ਤੇਰੇ ਕੋਲ ਪ੍ਰੋਬਲਮ ਆਉਂਦੀ ਹੈ ਤੂੰ ਨਾਲ ਦੀ ਨਾਲ ਸਾਈਬਰ ਕ੍ਰਾਈਮ ਦੱਸਿਆ ਕਰ ਸੋ ਔਨ ਰੈਗੂਲਰ ਬੇਸਿਸ ਹਰ ਇੱਕ ਫੇਕ ਪੇਜ ਨੂੰ ਅਸੀਂ ਉੱਥੇ ਰਿਪੋਰਟ ਕਰਦੇ ਰਹਿੰਦੇ ਹਾਂ ਸੋ ਪਲੀਜ਼ ਫੇਕ ਪੇਜ ਨਾ ਬਣਾਓ ਵੈਸੇ ਫੋਟੋ ਨਾਲ ਤੁਸੀਂ ID ਬਣਾਉਣਾ ਪੇਜ ਬਣਾਉਣਾ ਉਹ ਬਣਾ ਲਓ ਪਰ ਉੱਥੇ ਅਨਅਫੀਸ਼ੀਅਲ ਲਿਖ ਦਿਆ ਗੁਰਜੀ ਨੂੰ ਇੰਨਾ ਪਿਆਰ ਦੇਣ ਲਈ ਥੈਂਕ ਯੂ ਬੈਸਟ ਆਫ ਲੱਕ ਵਾਹਿਗੁਰੂ ਤੁਹਾਡੇ ਸਾਰਿਆਂ ਦੇ ਸੁਪਨੇ ਪੂਰੇ ਕਰੀ ਥੈਂਕ ਯੂ ਥੈਂਕ ਯੂ ਟੇਕ ਕੇਅਰ